ताज़ा मामला सामने आया है कपूरथला तो जिथे एक्साइज विभाग वालों एक वड्डी कार्रवाई की गई है जिस विच रूरल खुखरैन सर्कल के शराब ठेकेदार पवन कुमार के सारे ठेके 15 जून सील कर दिए गए सन। इस मामले विच साडे पत्रकार सुनील गोगना ने जो ईटीओ हरप्रीत सिंह नाल गलबात की तो उन्होंने की किया, आओ सुनते हाँ इस ऑडियो क्लिप विच। हमारा काम ही हमारा चैलेंज, निराश लोगों के लिए आशा की एक किरण। बाबा खान बंगाली 99% लोगों को 100% लाभ, 10 मिनट में समाधान गारंटी के साथ। घर कारोबार में बरकत ना होना, गृह कलेश, जादू टोना, किया किराया, विदेश यात्रा, शादी में रुकावट, मनचाहा प्यार, सौतन दुश्मन को तड़पता देखे, संतानहीनता, पति पत्नी में अनबन, वशीकरण मुझ करने के माहिर, हमसे पहले काम करने वाले को मुंह मांगा इनाम, प्यार में धोखा खाए प्रेमी प्रेमिका जरूर मिले, आपका प्यार टूटने नहीं दूंगा, माय प्रॉमिस। मोबाइल नंबर 9878687786। दूजे पासे शराब दे ठेकेदार पवन कुमार वल्लों एक्साइज विभाग उत्ते एक गंभीर इल्जाम लगाया जा रहा है कि एक्साइज विभाग ने उस नाल ठगी मारी है। इस तो अलावा पत्रकार नाल गलबात दौरान होर कई पहलू भी सामने रखे गए हैं। इस तो अलावा पत्रकार नाल गलबात दौरान शराब दे ठेकेदार पवन कुमार वल्लों कई होर पहलू भी सामने रखे गए हैं। पवन कुमार है जी, ਤੁਸੀਂ ਕੀ ਕਾਰੋਬਾਰ ਕਰਦੇ ਹੋ? ਮੈਂ ਸ਼ਰਾਬ ਦੇ ਠੇਕੇਦਾਰ ਕਾਰੋਬਾਰ ਹੈ ਮੇਰਾ ਇੱਥੇ ਕਪੂਰਥਲਾ ਸ਼ਹਿਰ 'ਚ, ਜਿਹੜਾ ਸਰਕਲ ਤੁਹਾਡੇ ਕੋਲ ਹੈ? ਮੇਰੇ ਕੋਲ ਇਸ ਟਾਈਮ ਖੁਖਰੈਣ ਵਾਲਾ ਸਰਕਲ ਇੱਕ ਹੈਗਾ ਸੀਗਾ ਜੀ। ਤੇ ਖੁਖਰੈਣ ਸਰਕਲ 'ਚ ਕਿੰਨੀਆਂ ਦੁਕਾਨਾਂ? 10 ਦੁਕਾਨਾਂ ਹੈ ਜੀ। ਕੀ ਤੁਹਾਨੂੰ ਅੱਜ ਪ੍ਰੋਬਲਮ ਆ ਰਹੀ ਹੈ ਮਹਿਕਮੇ ਵੱਲੋਂ? ਸਰ ਮਹਿਕਮੇ ਵੱਲੋਂ ਜੋ ਕਿ ਸਰਕਾਰ ਵੱਲੋਂ 2-3 ਸਾਲ ਤੋਂ ਰੀਨਿਊ ਪਾਲਿਸੀ ਚੱਲ ਰਹੀ ਹੈ, ਹਰ ਸਾਲ ਰੀਨਿਊ ਹੋ ਜਾਂਦੇ ਆ, ਜਦੋਂ ਕਿ ਹੁਣ ਵਾਲੀ ਵੀ ਸਰਕਾਰ ਜੋ ਆਪ ਸਰਕਾਰ ਆਈ ਹੈ ਉਹਨਾਂ ਨੇ ਵੀ ਉਸੇ ਤਰ੍ਹਾਂ 3 ਮਹੀਨਿਆਂ ਲਈ ਰੀਨਿਊ ਕੀਤੇ ਸੀਗੇ ਠੇਕੇ, ਅੱਗੇ ਰੀਨਿਊ ਕਰ ਦਿੱਤੇ ਸੀ ਸਰਕਲ, ਜੋ ਕਿ ਇਹਨਾਂ ਕੋਲ ਖੁਖਰੈਨ ਸਰਕਲ ਦਾ ਜੋ ਕਿ ਘਾਟੇ ਵਿੱਚ ਹਰ ਸਾਲ ਸਰਕਲ ਜਾਂਦਾ, ਠੇਕੇਦਾਰ ਜਾਂਦੇ ਨੇ, ਜਿਹੜਾ ਕਿ ਕੋਈ ਰੀਨਿਊ ਨਹੀਂ ਕਰਾ ਰਿਹਾ ਸੀ। ਅਤੇ ਸਾਨੂੰ ਫੋਨ ਆਇਆ, ਅਸੀਂ ਕਿਉਂਕਿ ਪੁਰਾਣੇ 2014 ਤੋਂ ਠੇਕੇਦਾਰੀ ਲਾਈਨ ਵਿੱਚ ਇੱਧਰ ਠੇਕੇਦਾਰ ਹਾਂ, ਸਰਕਾਰ ਨੂੰ ਕੰਮ ਕਰਨ ਵਾਲੇ ਬੰਦੇ ਹਾਂ, ਜੋ ਕਿ ਸਾਨੂੰ ਹਰਸਿਮਰਤ ਕੌਰ ਜੀ ਗਰਵੈਲ ਜੀ ਮੈਡਮ ਜੀ ਦਾ ਫੋਨ ਆਇਆ ਜਲੰਧਰ ਤੋਂ, ਉਹਨਾਂ ਨੇ ਕਿਹਾ ਕਿ ਕਪੂਰਥਲਾ ਦਾ ਜੋ ਖੁਖਰੈਨ ਸਰਕਲ ਹੈ ਉਹ ਤੁਸੀਂ ਰੀਨਿਊ ਕਰਵਾ ਲਵੋ, ਜੋ ਕਿ ਅਸੀਂ ਨਾ ਕਰ ਦਿੱਤੀ, ਜੋ ਕਿ ETO ਹਰਪ੍ਰੀਤ ਜੀ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਜੀ, ਜੋ ਕਿ ਸਾਨੂੰ ਇਹਨਾਂ ਨੇ ਬੁਲਾ ਕੇ ਕਮਿਟਮੈਂਟ ਕੀਤੀ, ਜੋ ਕਿ ਸਾਡੇ ਕੋਲ ਰਿਕਾਰਡਿੰਗ ਵੀ ਹੈਗੀ ਹੈ, ਇਹਨਾਂ ਨੇ ਕਿਹਾ ਕਿ ਜੋ ਅਸੀਂ ਤੁਹਾਡਾ ਐਕਸਾਈਜ਼ ਤੁਹਾਡੇ ਨਾਲ ਖੜੀ ਹੈ, ਐਕਸਾਈਜ਼ ਤੁਹਾਡੀ ਹੈਲਪ ਕਰੇਗੀ। ਅਸੀਂ ਉਹ ਕਿਹਾ ਕਿੱਦਾਂ ਕਰੋਗੇ ਹੈਲਪ? ਇਹਨਾਂ ਨੇ ਕਿਹਾ ਕਿ ਅਸੀਂ ਜੋ ਕਿ 27 ਸਰਕਲ ਨੇ ਕਪੂਰਥਲਾ ਦੀ, ਇਹ ਹਰਸਿਮਰਤ ਕੌਰ ਮੈਡਮ ਜੀ ਜੋ ਗਰੇਵਾਲ ਨੇ ਉਹਨਾਂ ਨੇ ਸਕੀਮ ਕੱਢੀ ਕਿ ਅਸੀਂ 27 ਸਰਕਲ ਨੇ ਇਹਨਾਂ ਨੂੰ 2-2 ਲੱਖ ਰੁਪਇਆ ਸਾਰੇ ਸਰਕਲ ਨੂੰ ਪਾਵਾਂਗੇ, ਜਿਹੜਾ ਕਿ 54 ਲੱਖ ਰੁਪਈਆ ਤੁਹਾਡੇ ਨਾਲ ਇੱਥੇ ਰੈਵੀਨਿਊ ਜੋੜ ਕੇ ਅਸੀਂ ਤੁਹਾਡੇ ਸਰਕਾਰ ਤੁਹਾਡੇ ਖਾਤੇ ਜਮ੍ਹਾਂ ਕਰਵਾਏਗੀ, ਜੋ ਕਿ ਬਾਕੀ ਤੁਸੀਂ ਆਪਣਾ ਜੋ ਕਿ ਟੋਟਲ 1,30,00,000 ਦੇ ਸੀਗੇ 3 ਮਹੀਨਿਆਂ ਲਈ ਸਰਕਲ, ਜਿਹੜਾ ਕਿ 54 ਲੱਖ ਰੁਪਇਆ ਇਹਨਾਂ ਨੇ 27 ਸਰਕਲਾਂ ਦਾ 2-2 ਲੱਖ ਰੁਪਇਆ ਲੈ ਕੇ ਸਾਨੂੰ ਕਿਹਾ ਕਿ ਅਸੀਂ ਆਪ ਖੁਦ ਜਮ੍ਹਾਂ ਕਰਵਾਵਾਂਗੇ ਦੂਜੇ ਠੇਕੇਦਾਰਾਂ ਕੋਲੋਂ ਲੈ ਕੇ, ਜਿਹੜਾ ਕਿ ਉਹਨਾਂ ਨੂੰ ਪਰਮਿਟ ਦੇ ਦੇਵਾਂਗੇ। ਤੁਹਾਡੇ ਕੋਲ ਲਿਖਤੀ ਹੈ ਕੁਛ ਦਿੱਤਾ ਉਹਨਾਂ ਨੇ? ਨਹੀਂ, ਲਿਖਤੀ ਰੂਪ ਨਹੀਂ, ਸਾਡੇ ਕੋਲ ਰਿਕਾਰਡਿੰਗ ਹੈਗੀ ਹੈ, ਜੋ ਕਿ ਇਹਨਾਂ ਨੇ ਸਾਨੂੰ ਰਿਕਾਰਡਿੰਗ ਹਰਸਿਮਰਤ ਕੌਰ ਜੀ ਨੇ ਕੀਤੀ, ਫੋਨ ਕੀਤਾ ਜਿਹੜੀ ਕਿ ਤੌਰ 'ਤੇ ਅਸੀਂ ਇਹਨਾਂ ਕੋਲ ਗਏ, ਅਤੇ ਜੋ ਕਿ ਅਸੀਂ ਰਿਕਾਰਡਿੰਗ ਵਿੱਚ ਵੀ ਨਾ ਕਰ ਰਹੇ ਹਾਂ, ਪਰ ਇਹ ਵਾਰ ਵਾਰ ਕਹਿ ਰਹੇ ਆ ਕਿ ਆ ਜਾਓ ਅਸੀਂ ਤੁਹਾਡੇ ਨਾਲ ਹਾਂ। ਅਸੀਂ ਸਵਾਲ ਇੱਥੇ ਇਹ ਆ, ਠੇਕੇਦਾਰ ਤੁਸੀਂ ਹੋ, ਤੁਹਾਡਾ ਮਹਿਕਮਾ 54 ਲੱਖ ਕਿਉਂ ਭਰੇਗਾ ਸਰਕਾਰੀ ਫੀਸ? ਸਰ ਇਹਨਾਂ ਕੋਲ ਕੋਈ ਰੀਨਿਊ ਨਹੀਂ ਕਰਾ ਰਿਹਾ ਸੀ, ਜੋ ਕਿ ਇਹਨਾਂ ਦੀ ਵਿਪਤਾ ਬਣੀ ਹੋਈ ਸੀਗੀ, ਜੋ ਕਿ ਇਹਨਾਂ ਨੇ ਰੀਨਿਊ ਕਰਨਾ ਸੀਗਾ, ਵੀ ਸਾਰਾ ਪੰਜਾਬ ਰੀਨਿਊ ਹੋ ਗਿਆ, ਇਹੀ ਇੱਕ ਸਰਕਲ 'ਚ ਰਹਿ ਗਿਆ ਜਾਂ ਕੁਛ। ਕਹਿਣ ਦਾ ਮਤਲਬ ਇਹਨਾਂ ਨੇ ਆਪਦੀ ਸਕੀਮ ਬਣਾਈ, ਹਰਸਿਮਰਤ ਕੌਰ ਗਰੇਵਾਲ ਜੀ ਮੈਡਮ ਨੇ, ATC ਮੈਡਮ, ਜੋ ਕਿ ਭੁਪਿੰਦਰ ਇੰਸਪੈਕਟਰ ਜੀ ਵੀ ਨਾਲ ਅਤੇ ਹਰਪ੍ਰੀਤ ਜੀ ETO ਸਾਹਿਬ ਨਾਲ, ਇਹਨਾਂ ਨੇ ਸਾਨੂੰ ਕਿਹਾ ਵੀ ਇਹ ਸਰਕਲ ਜੋ ਕਿ ਤੁਸੀਂ ਰੀਨਿਊ ਕਰਾ ਲਓ, ਤੁਸੀਂ ਲੈ ਲਓ, ਜੋ ਤੁਹਾਡੇ ਨਾਲ ਅਸੀਂ 27 ਸਰਕਲ
जो ग्रुप ने उन्हां कोल 2-2 लाख रुपया तुहानूं लैके देवांगे, जिहड़ा कि महकमा जमा करा देगा उत्थे तुहाडे परमिट उन्हां नूं परमिट दे दे देवांगे। ते हुण अपने गए तो मुकर गए ने इन्हां ने परमिट ਉਹਨਾਂ ਨੂੰ ਪਰਮਿਟ ਦੇ ਦੇ ਦੇਵਾਂਗੇ। ਹੁਣ ਆਪਣੇ ਕਹੇ ਤੋਂ ਮੁੱਕਰ ਗਏ ਨੇ, ਇਹਨਾਂ ਨੇ ਆਪਦੇ ਕਹਿਣ ਤੋਂ ਮੁੱਕਰ ਗਏ ਨੇ ਜੀ। ਕੁਛ ਪੈਸੇ ਇਹਨਾਂ ਨੇ ਜਮ੍ਹਾਂ ਕਰਾਏ ਆ 20-22 ਲੱਖ ਰੁਪਏ ਦੇ ਕਰੀਬ, ਬਾਕੀ ਇਹਨਾਂ ਨੇ ਕੋਈ ਪੈਸਾ ਜਮ੍ਹਾਂ ਨਹੀਂ ਕਰਾਇਆ। ਮੈਂ ਜਮ੍ਹਾਂ ਬਾਕੀ ਜੋ ਮੇਰੀ ਬਣਦੀ ਫੀਸ ਹੈ ਮੈਂ ਅੱਜ ਵੀ ਜਮ੍ਹਾਂ ਕਰਾਉਣ ਨੂੰ ਤਿਆਰ ਹਾਂ, ਜੋ ਕਿ ਮੇਰੇ ਕੋਲ ਅੱਜ ਵੀ ਰਿਕਾਰਡਿੰਗਾਂ ਹੈਗੀਆਂ ਮੈਂ ਨਾਲ ਲਾਊਂਗਾ, ਜੋ ਕਿ ਅੱਜ ਵੀ ETO ਸਾਹਿਬ ਨੂੰ ਮੈਂ ਕਹਿ ਰਿਹਾ ਕਿ ਲਾਸਟ 15 ਤਰੀਕ ਹੈ, ਮੈਂ ਬਾਕੀ ਜੋ ਮੇਰੀ ਬਣਦੀ ਹੈ ਮੈਂ ਫੀਸ ਦੇਣਾ, ਤੁਸੀਂ ਵੀ ਆਪਣੀ ਤਾਰੋ। ਜੋ ਕਿ ਇਹ ਤਾਰ ਨਹੀਂ ਰਹੇ, ਮੈਨੂੰ ਡਿਫਾਲਟਰ ਕਰਨਾ ਚਾਹੁੰਦੇ ਨੇ, ਇਹਨਾਂ ਨੇ ਮੇਰੇ ਨਾਲ ਫਰੋਡ ਕੀਤਾ, ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ, 420 ਦਾ ਪਰਚਾ ਪਾਇਆ ਜਾਏ, ਤਾਂ ਕਿ ਇਹੋ ਜਿਹਾ ਕੋਈ ਅਫਸਰ, ਕੱਲ੍ਹ ਤੋਂ ਕੋਈ ਅਫਸਰ ਇੱਦਾਂ ਦੀ ਕੋਈ ਕਿਸੇ ਠੇਕੇਦਾਰ ਨਾਲ ਜਾਂ ਕਿਸੇ ਆਮ ਬੰਦੇ ਨਾਲ ਇੱਦਾਂ ਦੀ ਕਾਨੂੰਨੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਉਹਨੂੰ ਡਿਫਾਲਟਰ। ਕਪੂਰਥਲਾ ਤੋਂ ਸੁਨੀਲ ਗੋਗਨਾ ਦੀ ਰਿਪੋਰਟ ਨਾਲ ਸਕਾਈ ਨਿਊਜ਼ ਪੰਜਾਬ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ, 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9915017717। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਹਿਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਵਾਲ ਪੁੱਛਣ ਦੀ ਕੋਈ ਫੀਸ ਨਹੀਂ, ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ, ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ। ਨੰਬਰ ਨੋਟ ਕਰੋ 9915017717। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।